रणबीर कपूर की फिल्म एनिमल के गाने अर्जुन वैली का किरदार अर्जुन कौन सी ते किवें पिया उसका नाम वैली। हरी सिंह नलवा जो के पंजाबी सिख कौम के महान जरनैल उन्हां दे नाल इस अर्जुन वैली का नाता की है। ਉਹ ਕਿਹਾ ਜਾਂਦਾ ਹੈ ਕਿ ਪੰਜਾਬੀ ਆਪਣੇ ਗਾਣਿਆਂ ਦੇ ਵਿੱਚ ਹਥਿਆਰਾਂ ਦੀ ਗੱਲ ਕਰਦੇ ਨੇ, ਪਰ ਹੁਣ ਰਣਬੀਰ ਕਪੂਰ ਦੀ ਇਸ ਫਿਲਮ ਦੇ ਵਿੱਚ ਫਿਰ ਲੜਾਈ ਦੀ ਗੱਲ ਹੋ ਰਹੀ ਹੈ, ਫਿਰ ਗੰਡਾਸਿਆਂ ਦੀ ਗੱਲ ਹੋ ਰਹੀ ਹੈ, ਪਰ ਮਾਨਮਤਾ ਇਤਿਹਾਸ ਵੀ ਜੁੜਿਆ ਹੋਇਆ ਜਿਸ ਨਾਲ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ। ਤਾਂ ਆਓ ਜਾਣੀਏ ਇਤਿਹਾਸ ਦੇ ਪੰਨਿਆਂ ਦੇ ਵਿੱਚ ਬੈਠਾ ਅਰਜਨ ਵੈਲੀ ਕੌਣ ਸੀ। रणबीर कपूर की फिल्म एनिमल दे विच अर्जुन वैली की चर्चा हो गई। उंज तो फिल्म के किरदार का नाम भी अर्जुन वैली है, पर यह गाने दे विच जिसनू अर्जुन वैली आख्या गया वह फिल्म का किरदार या रणबीर कपूर का किरदार नहीं, बल्कि सिख इतिहास के नाल जुड़िया होया एक शख्स है। शख्स भी उस महान जरनैल शेर नू मारने वाले, शेर का शिकार करने वाले हरी सिंह नलवा के खून के विचों है। हरी सिंह नलवा होना दे पुत्र सी अर्जन सिंह नलवा। तो अर्जन सिंह नलवा तो अर्जन वैली किवें बने, किवें अंग्रेज हकूमत दे नाल टक्कर लई ते किवें गोलियां बंदूकों के सामने एक गंडासा चलिया जिस करके दो लैणा आईया कि अर्जन वैली ने पैर जोड़ के गंडासी मारी। आओ जानते हैं किस्सा। ਭਾਵੇਂ ਹਥਿਆਰਾਂ ਵਾਲੇ ਗੀਤਾਂ ਉੱਤੇ ਲਗਾਤਾਰ ਵਿਵਾਦ ਹੁੰਦੇ ਰਹਿਣ, ਪਰ ਜਿਵੇਂ ਸਿੱਧੂ ਮੂਸੇਵਾਲਾ ਵੀ ਕਹਿੰਦਾ ਸੀ ਕਿ ਹਥਿਆਰ ਸਾਡਾ ਵਿਰਸਾ ਨੇ ਅਤੇ ਹਥਿਆਰਾਂ ਦੀ ਵਰਤੋਂ ਸਾਡੇ ਇਤਿਹਾਸ ਦੇ ਵਿੱਚ ਗੁਰੂ ਸਾਹਿਬਾਨਾਂ ਤੋਂ ਲੈ ਕੇ ਸਾਡੇ ਯੋਧਿਆਂ ਤੱਕ ਸਾਰਿਆਂ ਨੇ ਕੀਤੀ ਹੈ। ਤਾਂ ਅਜਿਹੇ ਹੀ ਇੱਕ ਯੋਧੇ ਸੀ ਹਰੀ ਸਿੰਘ ਨਲਵਾ, ਸਿੱਖ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਸਿੱਖ ਰਾਜ ਨੂੰ ਪੰਜਾਬ ਦੀ ਧਰਤੀ ਤੋਂ ਲੈ ਕੇ ਅਫਗਾਨਿਸਤਾਨ ਤੱਕ ਪਹੁੰਚਾ ਦਿੱਤਾ। ਤਾਂ ਉਸ ਜਰਨੈਲ, ਉਸ ਮਹਾਨ ਜਰਨੈਲ ਦੇ ਲਹੂ ਦੇ ਨਾਲ ਇੱਕ ਕਨੈਕਸ਼ਨ ਇਹਨਾਂ ਦਾ ਵੀ ਦੱਸਿਆ ਜਾਂਦਾ ਹੈ, ਜਿਨ੍ਹਾਂ ਨੂੰ ਕਿਹਾ ਗਿਆ ਅਰਜਨ ਵੈਲੀ। ਅਰਜਨ ਵੈਲੀ ਦਾ ਜਨਮ ਲਗਭਗ 1876 ਦੇ ਵਿੱਚ ਪਿੰਡ ਰੁੜਕਾ ਵਿਖੇ ਹੋਇਆ। ਰੁੜਕਾ ਪਿੰਡ ਲੁਧਿਆਣੇ ਕੋਲ ਪੈਂਦਾ ਅਤੇ ਇੱਥੋਂ ਦੇ ਹੀ ਜੱਦੀ ਸਰਦਾਰਾਂ ਦੇ ਵਿੱਚੋਂ ਇੱਕ ਪਰਿਵਾਰ ਸੀ ਜਿੱਥੇ ਜਨਮ ਹੋਇਆ ਅਰਜਨ ਵੈਲੀ ਦਾ। ਅਤੇ ਇਹ ਪਰਿਵਾਰ ਵੀ ਇੱਕ ਇਤਿਹਾਸਕਾਰ ਦੀ ਮੰਨੀਏ ਤਾਂ ਕੋਈ ਹੋਰ ਨਹੀਂ ਬਲਕਿ ਹਰੀ ਸਿੰਘ ਨਲਵਾ ਦੇ ਲਹੂ ਵਾਲਾ ਪਰਿਵਾਰ ਸੀ। ਯਾਨੀ ਕਿ ਹਰੀ ਸਿੰਘ ਨਲਵਾ ਹੋਣਾ ਦੇ ਦੋ ਵਿਆਹ ਹੋਏ ਸੀ ਅਤੇ ਉਹਨਾਂ ਦੀਆਂ ਦੋ ਪਤਨੀਆਂ ਦੇ ਨਾਂ ਰਾਜ ਕੌਰ ਅਤੇ ਦੇਸਾਂ ਕੌਰ ਸੀ। ਅਤੇ ਇਹਨਾਂ ਦੋਹਾਂ ਪਤਨੀਆਂ ਦੇ ਵਿੱਚੋਂ ਉਹਨਾਂ ਦੇ ਕੋਲ ਚਾਰ ਪੁੱਤਰ ਅਤੇ ਦੋ ਕੁੜੀਆਂ ਵੀ ਸੀ। ਅਤੇ ਇਹਨਾਂ ਚਾਰ ਪੁੱਤਰ ਅਤੇ ਦੋ ਕੁੜੀਆਂ ਦੇ ਵਿੱਚੋਂ ਸਭ ਤੋਂ ਛੋਟਾ ਪੁੱਤ ਸੀ ਅਰਜਨ ਸਿੰਘ ਨਲਵਾ, ਜਿਸ ਦਾ ਬਾਅਦ ਦੇ ਵਿੱਚ ਨਾਂ ਪਿਆ ਅਰਜਨ ਵੈਲੀ। ਦਰਅਸਲ ਅਰਜਨ ਵੈਲੀ ਬਾਰੇ ਇਹ ਗੱਲ ਇਤਿਹਾਸਕਾਰ ਲਿਖਦੇ ਨੇ ਕਿ ਉਸਦਾ ਕੱਦ ਲਗਭਗ 6.5 ਫੁੱਟ ਸੀ ਅਤੇ ਉਹ ਆਪਣੇ ਕੋਲ ਹਮੇਸ਼ਾ ਹੀ ਇੱਕ ਗੰਡਾਸਾ ਰੱਖਦਾ ਸੀ। ਗੰਡਾਸਾ, ਜਿਨ੍ਹਾਂ ਨੂੰ ਨਹੀਂ ਪਤਾ ਕਿ ਲੱਕੜ ਦੇ ਵਿੱਚ ਜਿਹੜਾ ਦਾਤ ਪਸਾਇਆ ਹੁੰਦਾ ਉਸ ਨੂੰ ਗੰਡਾਸਾ ਕਿਹਾ ਜਾਂਦਾ ਪੰਜਾਬ ਦੇ ਵਿੱਚ। ਤਾਂ ਗੰਡਾਸਾ ਰੱਖਦੇ ਸੀ। ਗੰਡਾਸੇ ਦੇ ਨਾਲ ਨਾਲ ਉਹ ਇੱਕ ਅਜਿਹਾ ਰੋਬ ਅਤੇ ਫਿਤਰਤ ਤਬੀਅਤ ਵੀ ਰੱਖਦੇ ਸੀ ਕਿ ਕਿਸੇ ਦੇ ਉੱਤੇ ਧੱਕਾ ਨਹੀਂ ਸੀ ਜਰਦੇ। ਦੋ ਕਿੱਸੇ ਉਹਨਾਂ ਦੇ ਨਾਲ ਮਸ਼ਹੂਰ ਜੁੜੇ ਹੋਏ ਨੇ। ਇੱਕ ਵਾਰ ਇੱਕ ਮੇਲੇ ਦੇ ਵਿੱਚ ਜਦੋਂ ਕੋਈ ਪੁਲਿਸ ਅਫਸਰ, ਅੰਗਰੇਜ਼ ਪੁਲਿਸ ਅਫਸਰ ਧੱਕਾ ਕਰ ਰਿਹਾ ਸੀ ਇੱਕ ਔਰਤ ਦੇ ਉੱਤੇ, ਤਾਂ ਉਹਨਾਂ ਨੇ ਉਸ ਨੂੰ ਹਟਾਉਣ ਦੇ ਲਈ ਜਦੋਂ ਗੱਲਬਾਤ ਕੀਤੀ ਤਾਂ ਅਫਸਰ ਉਹਨਾਂ ਦੇ ਉੱਤੇ ਵੀ ਕੌੜਾ ਬੋਲਿਆ, ਜਿਸ ਤੋਂ ਬਾਅਦ ਉਹਨਾਂ ਨੇ ਗੰਡਾਸਾ ਮਾਰ ਕੇ ਉਸ ਅਫਸਰ ਦੀ ਬਾਂਹ ਹੀ ਤੋੜ ਦਿੱਤੀ ਸੀ। ਇਸ ਤੋਂ ਬਾਅਦ ਉਹਨਾਂ ਨੂੰ ਅਰਜਨ ਵੈਲੀ ਕਿਹਾ ਜਾਣ ਲੱਗਿਆ ਸੀ। ਇੱਕ ਕਿੱਸਾ ਹੋਰ ਵੀ ਜੁੜਦਾ ਕਿ ਅਰਜਨ ਵੈਲੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌਨਿਹਾਲ ਸਿੰਘ ਹੋਣਾ ਦੇ ਖਾਸੇ ਕਰੀਬੀ ਸੀ, ਤਾਂ ਉਹਨਾਂ ਦੇ ਕੋਲ ਅਧਿਕਾਰ ਸੀ ਕਿ ਉਹ ਪਿੰਡਾਂ ਦੇ ਵਿੱਚੋਂ ਟੈਕਸ ਇਕੱਠਾ ਕਰਨ, ਜੋ ਉਸ ਵੇਲੇ ਦੀ ਸਰਕਾਰ ਲਾਉਂਦੀ ਸੀ। ਇੱਕ ਵਾਰ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਮਹਾਰਾਜਾ ਨੌਨਿਹਾਲ ਸਿੰਘ ਦੇ ਨਾਲ ਵਿਗਾੜ ਪੈ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਕੋਲ ਉਹਨਾਂ ਦੇ ਸਾਰੇ ਅਧਿਕਾਰ ਖੋ ਲਏ ਗਏ। ਅੰਗਰੇਜ਼ਾਂ ਨੇ ਸੋਚਿਆ ਕਿ ਇਹ ਸਹੀ ਮੌਕਾ ਇਹਨਾਂ ਦੀ ਆਪਸੀ ਫੁੱਟ ਦਾ ਫਾਇਦਾ ਚੱਕਿਆ ਜਾਵੇ, ਅਤੇ ਉਹਨਾਂ ਨੇ ਅਰਜਨ ਸਿੰਘ ਉੱਤੇ ਜਾਂ ਫਿਰ ਅਰਜਨ ਵੈਲੀ ਉੱਤੇ ਧਾਵਾ ਬੋਲ ਦਿੱਤਾ। ਅਰਜਨ ਵੈਲੀ ਉੱਤੇ ਜਦੋਂ ਧਾਵਾ ਬੋਲਿਆ ਤਾਂ ਉਹ ਇਕੱਲਾ ਹੀ ਲੜਦਾ ਰਿਹਾ ਅਤੇ ਇਹਨਾਂ ਨਾਲ ਜੂਝਦਾ ਰਿਹਾ। ਬਾਅਦ ਦੇ ਵਿੱਚ ਜਦੋਂ ਉਸਨੂੰ ਲੱਗਿਆ ਕਿ ਉਸ ਕੋਲ ਅਸਲਾ ਵੀ ਖਤਮ ਹੋਣ ਲੱਗਾ, ਤਾਂ ਫਿਰ ਉਸਨੇ ਗੰਡਾਸੇ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ
ਤੇ ਇੰਜ ਲੱਗਿਆ ਕਿ ਉਸਦਾ ਗੰਡਾਸਾ ਮੁੱਢ ਤੋਂ ਹੀ ਲਹੂ ਮੰਗਦਾ ਸੀ ਤੇ ਅੰਗਰੇਜ਼ ਭੈ ਭੀਤ ਹੋ ਗਏ ਸੀ। ਹੁਣ ਇਹ ਕਿੱਸੇ ਅਰਜਨ ਵੈਲੀ ਦੇ ਨਾਲ ਜੁੜੇ ਹੋਏ ਨੇ, ਪਰ ਕੁਝ ਕੁ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਦੋ ਅਰਜਨ ਵੈਲੀ ਵੱਖ ਵੱਖ ਨੇ, ਜੋ ਮਹਾਰਾਜਾ ਨੌਨਿਹਾਲ ਸਿੰਘ ਨਾਲ ਜੋੜ ਰੱਖਦਾ ਸੀ, ਹਰੀ ਸਿੰਘ ਨਲਵਾ ਨਾਲ ਜੋੜ ਰੱਖਦਾ ਸੀ, ਉਹ ਅਰਜਨ ਵੈਲੀ ਅੱਡ ਸੀ, ਉਹ ਅਰਜਨ ਸਿੰਘ ਨਲਵਾ ਅੱਡ ਸੀ। ਅਤੇ ਇੱਕ ਇਹ ਜੋ ਪਿੰਡ ਰੁੜਕੇ ਦੇ ਵਿੱਚੋਂ ਅਰਜਨ ਵੈਲੀ ਜਨਮਿਆ, ਇਹ ਗੀਤ ਦੇ ਵਿੱਚ ਉਸ ਦਾ ਜ਼ਿਕਰ ਹੋਇਆ। ਇਹ ਗੀਤ ਪਹਿਲਾਂ ਵੀ ਕਲੀਆਂ ਦੇ ਪਾਤਸ਼ਾਹ ਕੁਲਦੀਪ ਮਾਣਕ ਨੇ ਵੀ ਗਾਇਆ ਅਤੇ ਹੁਣ ਇਸ ਨੂੰ ਮੁੜ ਤੋਂ ਇਸ ਫਿਲਮ ਐਨੀਮਲ ਵਾਸਤੇ ਗਾਇਆ ਗਿਆ। ਖੈਰ, ਮਾਣ ਵਾਲੀ ਗੱਲ ਹੈ ਕਿ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦਾ ਸਤਿਕਾਰ ਵਧਿਆ ਦੇਸ਼ਾਂ ਵਿਦੇਸ਼ਾਂ ਤੱਕ। ਇੱਕ ਵਾਰ ਮੁੜ ਤੋਂ ਬਾਲੀਵੁੱਡ ਦੇ ਗਾਣਿਆਂ ਜ਼ਰੀਏ ਪੰਜਾਬੀ ਬੋਲੀ ਪਹੁੰਚੀ ਹੈ, ਪੰਜਾਬੀ ਇਤਿਹਾਸ ਵੀ ਪਹੁੰਚਿਆ। ਤਾਂ ਦੋ ਅਰਜਨ ਸਿੰਘ ਜਾਂ ਦੋ ਅਰਜਨ ਵੈਲੀਆਂ ਬਾਰੇ ਤੁਹਾਨੂੰ ਅੱਜ ਅਸੀਂ ਜਾਣੂ ਕਰਵਾਇਆ। ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਲਿਖੋ ਅਤੇ ਇਹ ਗਾਣਾ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਦੱਸ ਹੀ ਦਿਓ। ਬ੍ਰਾਊਜ਼ ਡੇਲੀ ਟੀ ਵੀ ਦੇਖਦੇ ਰਹੋ। ਧੰਨਵਾਦ।